ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਲਗਾਤਾਰ ਵਧਦੀ ਜਾ ਰਹੀ। ਚੋਰਾਂ ਨੂੰ ਕੋਈ ਵੀ ਖੌਫ ਨਹੀਂ ਹੈ, ਪੁਲਿਸ ਦਾ ਬੇਖੌਫ ਹੋ ਕੇ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹੈ। ਤਾਜ਼ਾ ਮਾਮਲਾ ਫੇਸ 2 ਮੋਹਾਲੀ ਦਾ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਇਹਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇੱਕ ਹੀ ਘਰ ਦੇ ਵਿੱਚ 1 ਹਫ਼ਤੇ ਦੇ ਅੰਦਰ 3 ਵਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੀ। CCTV ਫੁਟੇਜ ਬਿਲਕੁਲ ਕਲੀਅਰ ਹੈ ਕਿ ਕਿਸ ਤਰ੍ਹਾਂ ਉਹ ਦਿਨ ਦਿਹਾੜੇ ਘਰ ਦੇ ਅੰਦਰ ਵੜਦਾ ਹੈ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਉਸ ਏਰੀਆ ਦੇ ਵਿੱਚ ਹੋਰ ਵੀ ਚੋਰੀ ਦੀ ਵਾਰਦਾਤਾਂ ਹੋਈ ਹੈ ਰਾਤ ਨੂੰ, ਉਹਦੀ ਵੀ CCTV ਫੁਟੇਜ ਆਈ ਹੈ, ਲੇਕਿਨ ਪੁਲਿਸ ਦੇ ਹੱਥ ਹਜੇ ਤੱਕ ਖਾਲੀ ਹੈ, ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਸਾਹਮਣੇ ਹੈ ਕਿਉਂਕਿ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ, ਹਾਲਾਂਕਿ CCTV 'ਚ ਜਿਹੜੇ ਚਿਹਰੇ ਹੈ ਉਹ ਵੀ ਸਾਫ਼ ਸਾਹਮਣੇ ਆ ਰਹੇ, ਲੇਕਿਨ ਪੁਲਿਸ ਅਜੇ ਕਿਸੇ ਵੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਇੱਕ ਹੀ ਘਰ ਦੇ ਵਿੱਚ 1 ਹਫ਼ਤੇ ਦੇ ਅੰਦਰ 3 ਵਾਰੀ ਲੱਖਾਂ ਦੇ ਜਿਹੜਾ ਗੋਲਡ ਹੈ, ਕੈਸ਼ ਹੈ, ਉਹ ਚੋਰੀ ਹੋਇਆ, ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ। ਹਾਲਾਂਕਿ ਪੁਲਿਸ ਇਸ ਮਾਮਲੇ 'ਚ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਲਗਾਤਾਰ ਨੇੜੇ ਤੇੜੇ ਦੇ ਜਿੰਨੇ CCTV ਫੁਟੇਜ ਹੈ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕੰਮ ਕਰ ਰਹੀ ਹੈ, ਲੇਕਿਨ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੈ। ਔਰ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤਾਂ, ਚੋਰੀ ਦੀ, ਲੁੱਟ ਦੀ, ਸਨੈਚਿੰਗ ਦੀ ਵਾਰਦਾਤਾਂ ਸਾਹਮਣੇ ਆਈ ਹੈ, ਲੇਕਿਨ ਹਜੇ ਤੱਕ ਕਈ ਮਾਮਲਿਆਂ 'ਚ ਹਜੇ ਵੀ ਗ੍ਰਿਫਤਾਰੀ ਪੈਂਡਿੰਗ ਹੈ। ਹੁਣ ਪੁਲਿਸ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਲਦੀ ਇਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਜਾਏਗੀ, ਲੇਕਿਨ ਕਦ ਇਹ ਸਵਾਲ ਹਜੇ ਵੀ ਬਰਕਰਾਰ ਹੈ। ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਵਿੱਚ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਲਗਾਤਾਰ ਵਧਦੀ ਜਾ ਰਹੀ। ਚੋਰਾਂ ਨੂੰ ਕੋਈ ਵੀ ਖੌਫ ਨਹੀਂ ਹੈ, ਪੁਲਿਸ ਦਾ ਬੇਖੌਫ ਹੋ ਕੇ ਦਿਨ ਦਿਹਾੜੇ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹੈ। ਤਾਜ਼ਾ ਮਾਮਲਾ ਫੇਸ 2 ਮੋਹਾਲੀ ਦਾ ਹੈ ਔਰ ਬੜੀ ਹੈਰਾਨ ਕਰ ਦੇਣ ਵਾਲੀ ਇਹਦੇ ਵਿੱਚ ਗੱਲ ਸਾਹਮਣੇ ਆਈ ਹੈ ਕਿ ਇੱਕ ਹੀ ਘਰ ਦੇ ਵਿੱਚ 1 ਹਫ਼ਤੇ ਦੇ ਅੰਦਰ 3 ਵਾਰ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤੀ। CCTV ਫੁਟੇਜ ਬਿਲਕੁਲ ਕਲੀਅਰ ਹੈ ਕਿ ਕਿਸ ਤਰ੍ਹਾਂ ਉਹ ਦਿਨ ਦਿਹਾੜੇ ਘਰ ਦੇ ਅੰਦਰ ਵੜਦਾ ਹੈ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਉੱਥੋਂ ਫਰਾਰ ਹੋ ਜਾਂਦਾ ਹੈ। ਹਾਲਾਂਕਿ ਉਸ ਏਰੀਆ ਦੇ ਵਿੱਚ ਹੋਰ ਵੀ ਚੋਰੀ ਦੀ ਵਾਰਦਾਤਾਂ ਹੋਈ ਹੈ ਰਾਤ ਨੂੰ, ਉਹਦੀ ਵੀ CCTV ਫੁਟੇਜ ਆਈ ਹੈ, ਲੇਕਿਨ ਪੁਲਿਸ ਦੇ ਹੱਥ ਹਜੇ ਤੱਕ ਖਾਲੀ ਹੈ, ਕੋਈ ਗ੍ਰਿਫਤਾਰੀ ਇਸ ਮਾਮਲੇ 'ਚ ਨਹੀਂ ਹੈ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਜ਼ਰੂਰ ਸਾਹਮਣੇ ਹੈ ਕਿਉਂਕਿ ਇਸ ਤਰ੍ਹਾਂ ਦੀ ਚੋਰੀ ਦੀ ਵਾਰਦਾਤਾਂ, ਹਾਲਾਂਕਿ CCTV 'ਚ ਜਿਹੜੇ ਚਿਹਰੇ ਹੈ ਉਹ ਵੀ ਸਾਫ਼ ਸਾਹਮਣੇ ਆ ਰਹੇ, ਲੇਕਿਨ ਪੁਲਿਸ ਅਜੇ ਕਿਸੇ ਵੀ ਨੂੰ ਗ੍ਰਿਫਤਾਰ ਨਹੀਂ ਕਰ ਸਕੀ ਹੈ। ਇੱਕ ਹੀ ਘਰ ਦੇ ਵਿੱਚ 1 ਹਫ਼ਤੇ ਦੇ ਅੰਦਰ 3 ਵਾਰੀ ਲੱਖਾਂ ਦੇ ਜਿਹੜਾ ਗੋਲਡ ਹੈ, ਕੈਸ਼ ਹੈ, ਉਹ ਚੋਰੀ ਹੋਇਆ, ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ। ਹਾਲਾਂਕਿ ਪੁਲਿਸ ਇਸ ਮਾਮਲੇ 'ਚ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ। ਲਗਾਤਾਰ ਨੇੜੇ ਤੇੜੇ ਦੇ ਜਿੰਨੇ CCTV ਫੁਟੇਜ ਹੈ ਹਿਊਮਨ ਅਤੇ ਟੈਕਨੀਕਲ ਇੰਟੈਲੀਜੈਂਸ ਦੀ ਮਦਦ ਨਾਲ ਕੰਮ ਕਰ ਰਹੀ ਹੈ, ਲੇਕਿਨ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ 'ਚ ਨਹੀਂ ਹੈ। ਔਰ ਹਾਲਾਂਕਿ ਇਹ ਪਹਿਲਾ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਈ ਵਾਰੀ ਇਸ ਤਰ੍ਹਾਂ ਦੀ ਵਾਰਦਾਤਾਂ, ਚੋਰੀ ਦੀ, ਲੁੱਟ ਦੀ, ਸਨੈਚਿੰਗ ਦੀ ਵਾਰਦਾਤਾਂ ਸਾਹਮਣੇ ਆਈ ਹੈ, ਲੇਕਿਨ ਹਜੇ ਤੱਕ ਕਈ ਮਾਮਲਿਆਂ 'ਚ ਹਜੇ ਵੀ ਗ੍ਰਿਫਤਾਰੀ ਪੈਂਡਿੰਗ ਹੈ। ਹੁਣ ਪੁਲਿਸ ਲਗਾਤਾਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਜਲਦੀ ਇਸ ਮਾਮਲੇ 'ਚ ਗ੍ਰਿਫਤਾਰੀ ਕੀਤੀ ਜਾਏਗੀ, ਲੇਕਿਨ ਕਦ ਇਹ ਸਵਾਲ ਹਜੇ ਵੀ ਬਰਕਰਾਰ ਹੈ।